ਆਪਾਂ ਪਹੁੰਚ ਗਏ ਆ ਡੈਲਟਾ ਆਪਣੀ ਯਾਰਡ ਦੇ ਵਿੱਚ ਤੇ ਆਪਾਂ ਸੁਖਮਨ ਵੀਰ ਨੇ ਲਾਤਾ ਸੀਗਾ ਟ੍ਰੇਲਰ ਆਪਣਾ ਬੈਕ ਕਰਕੇ ਡੌਕ ਤੇ ਕੰਪਨੀ ਦੀ ਤੇ ਇੱਥੇ ਹੁਣ ਅਨਲੋਡ ਕਰਕੇ ਲੋਡ ਕਰ ਦੇਣਗੇ ਇਹਨੂੰ ਤੇ ਵੀਰ ਆਪਣਾ ਚੱਕ ਰਿਹਾ ਸਾਰਾ ਪੇਪਰ ਵਰਕ ਜੋ ਵੀ ਆਪਣਾ ਆ ਟੋਰੋਂਟੋ ਤੋਂ ਲੋਡ ਲੈ ਕੇ ਆਏ ਆਪਾਂ ਤੇ ਵੀ ਸੁਖਮਨ ਬੈਠਾ ਆ ਨਾਲ ਤੇ ਹੁਣ ਕੰਪਨੀ 'ਚ ਅੰਦਰ ਦੇ ਕੇ ਆਊਗਾ ਪੇਪਰ ਵਰਕ ਮੈਂ ਵੀ ਹਜੇ ਸੁੱਤਾ ਉੱਠਿਆ ਹੀ ਸੀਗਾ ਤੇ ਮੈਂ ਆ ਕੇ ਸੀਟ 'ਤੇ ਬਹਿ ਗਿਆ ਤੇ ਦੇਖ ਰਿਹਾ ਸੀਗਾ ਕਿ ਆਪਾਂ ਆ ਗਏ ਹਾਂ ਯਾਰਡ ਦੇ ਵਿੱਚ ਤੇ ਹੁਣ ਆਪਾਂ ਅਨਲੋਡ ਕਰਾ ਕੇ ਟ੍ਰੇਲਰ ਨੂੰ ਇਹੀ ਟ੍ਰੇਲਰ ਆਪਣਾ ਲੋਡ ਹੋ ਜਾਣਾ ਕੰਪਨੀ ਵਾਲਿਆਂ ਨੇ ਇਹੀ ਟ੍ਰੇਲਰ ਆਪਣਾ ਕਰ ਦੇਣਾ ਲੋਡ ਉਹਨਾਂ ਦੇ ਆਪਣੀ ਕੰਪਨੀ ਦੀ ਹੀ ਡੌਗ ਤੇ ਆਪਾਂ ਟ੍ਰੇਲਰ ਬੈਕ ਕਰਤਾ ਸੀਗਾ ਸੁਖਮਨ ਨੇ ਤੇ ਜਦੋਂ ਮੈਂ ਉੱਠਿਆ ਤੇ ਆਪਾਂ ਨੂੰ ਵੈਦਰ ਪੂਰਾ ਘੈਂਟ ਮਿਲਿਆ ਸੀਗਾ ਰਾਸਤੇ 'ਚ ਵੀਰ ਨੇ ਦੱਸਿਆ ਕੋਈ ਸਨੋਅ ਨਹੀਂ ਸੀਗੀ ਪੂਰਾ ਵੈਦਰ ਕਲੀਨ ਸੀਗਾ ਦਸੰਬਰ ਦਾ ਮਹੀਨਾ ਆ ਕਿਉਂਕਿ ਬਰਫ ਮੋਸਟਲੀ ਪੈਂਦੀ ਰਹਿੰਦੀ ਆ ਤੇ ਬਟ ਇਹ ਬਹੁਤ ਵਧੀਆ ਸੀ ਸਨੋਅ ਨਹੀਂ ਸੀਗੀ ਤੇ ਹੁਣ ਵਾਪਸੀ ਦੀ ਜਿਹੜੀ ਡਰਾਈਵ ਮੈਂ ਕਰੂੰਗਾ ਤੇ ਤੁਹਾਨੂੰ ਦੱਸੂੰਗਾ ਕਿ ਸਨੋਅ ਪੈਂਦੀ ਸੀਗੀ ਕਿ ਨਹੀਂ ਪੈਂਦੀ ਸੀਗੀ ਤੇ ਬਾਕੀ ਕੋਈ ਚੱਕਰ ਨਹੀਂਗਾ ਇਹ ਤਾਂ ਚੱਲਦੀ ਰਹਿਣੀ ਆ ਬੰਦਾ ਪੇਸ਼ੈਂਸ ਨਾਲ ਡਰਾਈਵ ਕਰੇ ਕੋਈ ਚੱਕਰ ਨਹੀਂ ਪੈਂਦਾ ਸੁਖਮਨ ਜੀ ਤੁਸੀਂ ਵੀ ਦੱਸੋ ਤੁਸੀਂ ਚੁੱਪ ਕਰਕੇ ਬੈਠੇ ਹੋ ਗੁੱਡ ਹੈ ਗੁੱਡ ਹੈ ਸਭ ਕੁਝ ਗੁੱਡ ਹੈ ਜੀ ਬਹੁਤ ਵਧੀਆ ਐਕਸਪੀਰੀਅੰਸ ਹੈ ਕਿਦਾਂ ਰਿਹਾ ਰੋਡ ਦਾ ਤੁਹਾਡਾ ਐਨ ਵਧੀਆ ਸੀਗਾ ਵੈਦਰ ਬਹੁਤ ਵਧੀਆ ਵੈਦਰ ਘੈਂਟ ਵੈਦਰ ਪੂਰਾ ਐ ਚੱਲ ਮਾਰਦੇ ਆ ਪੂਰਾ ਚੱਲ ਮਾਰਦੇ ਹਾਂਜੀ ਤੇ ਚੱਲ ਮਾਰਦੇ ਰਹਿਣਾ ਚਾਹੀਦਾ ਤੁਹਾਨੂੰ ਪਤਾ ਫੇਰ ਹੀ ਡਰਾਈਵਰੀ ਦਾ ਮਜ਼ਾ ਆਉਂਦਾ ਨਹੀਂ ਤਾਂ ਬੋਰਿੰਗ ਹੀ ਲੱਗਦੀ ਆ ਆਪਾਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਨੇ ਆ ਆਪਣੀ ਯਾਰਡ ਦੇ ਸਾਹਮਣੇ ਹੀ ਸ਼ਿਪ ਲੰਘ ਰਿਹਾ ਆ ਕਿਉਂਕਿ ਇਹ ਆਪਣੀ ਯਾਰਡ ਦੇ ਆ ਪਰਲੇ ਪਾਸੇ ਜਿਹੜੇ ਆ ਤੁਹਾਨੂੰ ਟਰੱਕ ਦਿਖ ਰਹੇ ਆ ਬਲੂ ਕਲਰ ਦੇ ਇਹਨਾਂ ਦੇ ਪਰਲੇ ਪਾਸੇ ਪਾਣੀ ਆ ਜਿੱਥੋਂ ਕਿ ਸ਼ਿਪ ਜਿਹੜੇ ਕੰਟੇਨਰ ਇੱਦਾਂ ਡਿਲੀਵਰੀਆਂ ਦੇਣ ਆਉਂਦੇ ਆ ਅੱਗੇ ਕਿਉਂਕਿ ਪੋਰਟ ਆ ਤੇ ਆਪਣਾ ਜਿਹੜਾ ਯਾਰਡ ਵੀ ਆ ਇਹ ਮੈਂ ਤੁਹਾਨੂੰ ਆ ਫੋਟੋ ਨਾਲ ਸ਼ੇਅਰ ਕਰ ਦਿੰਦਾ ਤੁਸੀਂ ਦੇਖਿਓ ਕਿ ਇਹ ਪਾਣੀ ਦੇ ਵਿੱਚ ਆ ਇੱਕ ਬ੍ਰਿਜ ਹੀ ਆਉਂਦਾ ਆ ਜਿਹੜਾ ਉੱਪਰ ਦੀ ਲੰਘਦਾ ਤੇ ਉਹਦੇ ਆਪਾਂ ਮੁੜ ਕੇ ਬ੍ਰਿਜ ਤੋਂ ਐਗਜ਼ਿਟ ਮਾਰ ਕੇ ਥੱਲਿਓਂ ਦੀ ਆਪਾਂ ਇਹਦੇ ਜਿਹੜਾ ਆਈਲੈਂਡ ਦੇ ਵਿੱਚ ਆਪਣੀ ਯਾਰਡ ਉੱਥੇ ਆ ਜੀਦਾ ਤੇ ਆ ਦੇਖੋ ਸ਼ਿਪ ਲੰਘਿਆ ਇਹ ਸਾਡੀ ਯਾਰਡ ਦੇ ਆ ਸਾਰੇ ਆਸੇ ਪਾਸੇ ਪਾਣੀ ਆ ਤੇ ਜੋ ਕਿ ਮੈਂ ਤੁਹਾਨੂੰ ਫੋਟੋ ਸ਼ੇਅਰ ਕਰ ਰਿਹਾ ਉੱਥੇ ਦੇਖ ਲਿਓ ਤੁਸੀਂ ਤੇ ਪੂਰਾ ਘੈਂਟ ਵਧੀਆ ਵਿਊ ਆਉਂਦਾ ਆ ਜਦੋਂ ਆਪਾਂ ਉੱਤੋਂ ਬ੍ਰਿਜ ਥਾਣੀ ਉਤਰੀ ਦਾ ਉਹ ਵੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਊਂਗਾ ਹਾਂਜੀ ਤੇ ਆਪਾਂ ਸਵੇਰੇ ਆ ਗਏ ਸੀਗੇ ਇੱਥੇ ਯਾਰਡ ਦੇ ਵਿੱਚ ਤੇ ਆਪਣੇ ਤੋਂ ਮੇਰੇ ਖਿਆਲ ਨਾਲ 5-6 ਘੰਟੇ ਹੋ ਗਏ ਆਇਆਂ ਨੂੰ ਤੇ ਜਿਹਦੇ ਕਰਕੇ ਆਪਣੇ ਤੋਂ ਥੋੜਾ ਟਾਈਮ ਵੀ ਸੀਗਾ ਤੇ ਆਪਾਂ ਆਪਣੇ ਚਲ ਗਏ ਫਰੈਂਡ ਦੇ ਘਰੇ ਤੇ ਨਹਾ ਨੂੰ ਆਏ ਤੇ ਦਾੜੀ ਦੂੜੀ ਕਟਾਏ ਆ ਕਿਉਂਕਿ ਟੋਰਾਂਟੋ ਆਪਣੇ ਲੱਗਾ ਹੈ ਲੌਕਡਾਊਨ ਜਿਹਦੇ ਕਰਕੇ ਉੱਥੇ ਬਾਰਬਰ ਸ਼ੋਪਾਂ ਜਿਹੜੀਆਂ ਆ ਜਾਂ ਜਿੱਦਾਂ ਐਸੈਂਸ਼ੀਅਲ ਵਰਕਰ ਜਿਹੜੇ ਆ ਕਿ ਉਹੀ ਚੀਜ਼ਾਂ ਖੁੱਲੀਆਂ ਲਾ ਲਓ ਫੋਨਾਂ ਦੀਆਂ ਦੁਕਾਨਾਂ ਜਾਂ ਮਾਲ ਵੀ ਖੁੱਲੇ ਹੈਗੇ ਆ ਪਰ ਉਹਦੇ ਵਿੱਚ ਸਿਰਫ ਆਪਣੀਆਂ ਕੀ ਕਹਿੰਦੇ ਫੋਨਾਂ ਦੀਆਂ ਦੁਕਾਨਾਂ ਜਾਂ ਕੋਈ ਅਰਜੈਂਟ ਜਿਹੜੀ ਚੀਜ਼ ਆ ਜਿਹਦੀ ਜ਼ਰੂਰਤ ਆਪਾਂ ਨੂੰ ਡੇਲੀ ਲਾਈਫ ਦੇ ਵਿੱਚ ਪੈਂਦੀ ਆ ਤੇ ਉਹ ਚੀਜ਼ਾਂ ਖੁੱਲੀਆਂ ਸੀਗੀਆਂ ਤੇ ਆਪਾਂ ਚੱਕ ਲਿਆ ਫਾਇਦਾ ਚਲੋ ਵੇਟਿੰਗ ਤਾਂ ਸੀਗੀ ਤੇ ਆਪਾਂ ਦਾੜੀ ਦੂੜੀ ਕਟਾਏ ਆ ਤੇ ਵਾਲ ਵੂਲ ਵੀ ਕਟਾ ਲਏ ਆ ਤੇ ਪਰ ਆਪਾਂ ਟੋਪੀ ਲੈ ਕੇ ਰੱਖੀ ਆ ਤੇ ਹੁਣ ਆਪਣਾ ਕੀ ਕਹਿੰਦੇ ਯਾਰਡ ਦੇ ਵਿੱਚ ਆਲਮੋਸਟ ਲੋਡ ਰੈਡੀ ਆ ਤੇ ਆਪਾਂ ਬਸ ਹੋਰ ਕੁਝ ਮਿੰਟਾਂ ਦੇ ਵਿੱਚ ਆਪਾਂ ਤੁਰ ਪੈਣਾ ਯਾਰਡ ਦੇ ਵਿੱਚੋਂ ਤੇ ਇੱਕ ਤੁਹਾਨੂੰ ਹੋਰ ਚੀਜ਼ ਮੈਂ ਦਿਖਾਉਂਦਾ ਯਾਰਡ ਦੇ ਵਿੱਚ ਪਹਿਲਾਂ ਆਪਾਂ ਤੁਹਾਨੂੰ ਦਿਖਾਇਆ ਸ਼ਿਪ ਤੇ ਹੁਣ ਆਪਾਂ ਦਿਖਾਉਂਦੇ ਆ ਤੁਹਾਨੂੰ ਰੇਲਵੇ ਲਾਈਨ ਹਾਂਜੀ ਤੇ ਆਹ ਲੰਘਦੀ ਆ ਆਪਣੇ ਯਾਰਡ ਦੇ ਵਿੱਚੋਂ ਦੀ ਰੇਲਵੇ ਲਾਈਨ ਵੀ ਇਹ ਜਿੱਦਾਂ ਅੱਗੇ ਜਾਂਦੀ ਹੈ ਇੱਕ ਆਈਲੈਂਡ ਆ ਤੁਹਾਨੂੰ ਦੱਸਿਆ ਸੀ ਜਿੱਦਾਂ ਕਿ ਮੈਂ ਤੇ ਇੱਥੇ ਰੇਲਵੇ ਲਾਈਨ ਲੰਘਦੀ ਆ ਮੂਹਰੇ ਮੇਰੇ ਖਿਆਲ ਨਾਲ ਪੋਰਟ ਹੈ ਜਿੱਥੋਂ ਇਹ ਕੰਟੇਨਰ ਪਿੱਕ ਕਰਕੇ ਲਿਆਉਂਦੀ ਆ ਤੇ ਇੱਦਾਂ ਹੀ ਉਹ ਸ਼ਿਪ ਜਿਹੜਾ ਆ ਉੱਥੇ ਪੋਰਟ ਤੇ ਲਾਉਂਦਾ ਆ ਕੰਟੇਨਰ ਰੇਲ ਗੱਡੀ ਵਿੱਚ ਲੋਡ ਹੁੰਦੇ ਆ ਜਿਹੜੇ ਟਰੱਕਾਂ 'ਚ ਲੋਡ ਹੁੰਦੇ ਆ ਉਹ ਮੇਰੇ ਖਿਆਲ ਨਾਲ ਦੂਜੇ ਪਾਸੇ ਦੀ ਰਾਹ ਜਾਂਦਾ ਹੈ ਤੇ ਚਲੋ ਮੈਂ ਤੁਹਾਨੂੰ ਉਤਰ ਕੇ ਵੀ ਇੱਕ ਵਾਰ ਦਿਖਾ ਦਿੰਦਾ ਆ ਇਹ ਜਾਂਦੀ ਆ ਲਾਈਨ ਪਤਾ ਨਹੀਂ ਕਿੱਥੇ ਜਾਂਦੀ ਆ ਅੱਗੇ ਜਾ ਕੇ ਹੋ ਜਾਂਦੀਆਂ ਆ ਦੋ ਉਹ ਦੇਖਦੇ ਆ ਤੁਸੀਂ ਉਹ ਇੱਕ ਲੈਫਟ ਨੂੰ ਚੱਲ ਜਾਂਦੀ ਇੱਕ ਸਿੱਧੀ ਚੱਲ ਜਾਂਦੀ ਆ ਤੇ ਆਹ ਆਪਣਾ ਲੱਗਾ ਆ ਟਰੱਕ ਤੇ ਆਪਣਾ ਲੋਡ ਹੁੰਦਾ ਪਿਆ ਰੈਡੀ ਆਲਮੋਸਟ ਡਾਨੀ ਆ ਤੇ ਆਹ ਇੱਧਰ ਕੁਝ ਕੁ ਕੰਪਨੀ ਦੇ ਟ੍ਰੇਲੇ ਹੋਰ ਵੀ ਪਿੱਛੇ ਲੱਗੇ ਆ ਟ੍ਰੇਲਰ ਤੇ ਜਿੱਦਾਂ ਵੀ ਜਦੋਂ ਜ਼ਰੂਰਤ ਹੁੰਦੀ ਹੈ ਕਰ ਲੈਂਦੇ ਆ ਲੋਡ ਤੇ ਆਹ ਆਪਣੀ ਯਾਰਡ ਆ ਆਹ ਆਪਣਾ ਟਰੱਕ ਆ ਤੇ ਆਫਿਸ ਆਪਣਾ ਅੰਦਰ ਆ ਆਹ ਆਪਣੀ ਕੰਪਨੀ ਇੱਕ ਜਿੱਦਾਂ ਰੇਂਜ ਆ ਤੇ ਆਹ ਜਿਹੜੀ ਲੋਕਲ ਇੱਥੇ ਕੰਮ ਕਰਦੀ ਹੈ ਕੰਪਨੀ ਆਪਣੀ ਕੰਪਨੀ ਦੀ ਹੀ ਇੱਕ ਛੋਟੀ ਭੈਣ ਕਹਿ ਸਕਦੇ ਆ ਰੇਂਜ ਰੋਵਰ ਹਾਂਜੀ ਰੇਂਜ ਰੋਵਰ ਬਣ ਜਾਂਦੀ ਆ ਮੈਂ ਕਿਹਾ ਤੇ ਮੈਂ ਕਿਹਾ ਮਾਰਦਾ ਝੋਟਾ ਪੂਰੇ ਲਿਸ਼ਕਾਰੇ ਅੱਖਾਂ ਕੱਢੀਆਂ ਆਪਣੀਆਂ ਪੂਰੀਆਂ ਤੇ ਜਿੱਦਾਂ ਲੋਕਲ ਆਪਣੀ ਪਿਕਅਪ ਡਿਲੀਵਰੀ ਕਰਦੇ ਆ ਚੱਲਦੇ ਆ ਟਰੱਕ ਇੱਕ ਉਹ ਆਪਣਾ ਹੋਰ ਆ ਗਿਆ ਕੰਪਨੀ ਦਾ ਹੀ ਉਹ ਦੇਖ ਸਕਦੇ ਆ ਤੁਸੀਂ ਉਹਦੇ ਰੋਵਰ ਦਾ ਹੀ ਆ ਇੱਦਾਂ ਹੀ ਬਸ ਆਪਾਂ ਨੂੰ ਇੱਥੋਂ ਵੀ ਲੋਡਡ ਹੀ ਮਿਲ ਜਾਂਦਾ ਬਸ ਜੇ ਆਪਾਂ ਕਿਤੇ ਡਰੋਪ ਵੀ ਕਰਨੀ ਹੁੰਦੀ ਆ ਕੋਈ ਤੇ ਆਪਾਂ ਡੌਕ ਤੇ ਲਾ ਦਈਦਾ ਆ ਇੱਥੋਂ ਅਨਲੋਡ ਕਰ ਦਿੰਦੇ ਤਾਂ ਇੱਥੇ ਹੀ ਲੋਡ ਕਰ ਦਿੰਦੇ ਆ ਲੋਕਲ ਨਹੀਂ ਕਿਤੇ ਪਿਕਅਪ ਡਿਲੀਵਰੀ ਕਿਤੇ ਨੂੰ ਚਾਹੀਦਾ ਹਾਂਜੀ ਤੇ ਆਹ ਹੈਗੀ ਡੌਕ ਆਪਣੀ ਆਹ ਬਾਈ ਆ ਗਿਆ ਲੋਕਲ ਪਿਕਅਪ ਕਰਕੇ ਤੇ ਇੱਥੇ ਲਾਊਗਾ ਬੈਕ ਤੇ ਜਿਹੜਾ ਵੀ ਲੋਕਲ ਸਮਾਨ ਆਇਆ ਹੋਊਗਾ ਜਾਊਗਾ ਅੰਦਰ ਤੇ ਜਿੱਦਾਂ ਜਿਹੜਾ ਜਾਣਾ ਹੋਊ ਟੋਰੋਂਟੋ ਨੂੰ ਤੇ ਉਹ ਟਰੱਕਾਂ 'ਚ ਲੋਡ ਕਰ ਦਿੰਦੇ ਇੱਧਰ ਟਰੱਕ ਇੱਧਰ ਡੌਕ 'ਤੇ ਲੱਗਾ ਆਪਣਾ ਜਿੱਦਾਂ ਲੌਂਗ 'ਤੇ ਆਪਾਂ ਜਾਈਦਾ ਆ ਤੇ ਬਸ ਇੱਧਰ ਕਰ ਦੇਊਗਾ ਲੋਡ ਤੇ ਇੱਦਾਂ ਕੰਮ ਚੱਲੀ ਜਾਂਦਾ ਤੇ ਆਪਾਂ ਵੱਟੇ ਚੱਕੀ ਜਾਈਦੇ ਤੇ ਵੀਰ ਲੋਕਲ ਵਾਲਾ ਲਾਊਗਾ ਹੁਣ ਡੋਰਾਂ ਖੋਲ੍ਹ ਕੇ ਬੈਕ ਤੇ ਵੀਰ ਖੋਲ੍ਹਣ ਦੇ ਡੋਰਾਂ ਤੇ ਹੁਣ ਲਾਊਗਾ ਡੋਰ ਤੇ ਜਿਹੜੀ ਮੈਂ ਤੁਹਾਨੂੰ ਦਿਖਾਈ ਸੀਗੀ ਉਹ ਵਾਲੀ ਸ਼ੀਸ਼ੇ ਵਿੱਚ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਦਾ ਇੱਥੇ ਲਾਊਗਾ ਬੈਕ ਕਰਕੇ ਤੇ ਬਸ ਫਿਰ ਕਰ ਦੇਣਗੇ ਬਾਈ ਹੁਣੀ ਅੰਦਰ ਜਿਹੜੇ ਆਪਣੇ ਕਰਦੇ ਆ ਕੰਮ ਫਿਰ ਉਸਦੇ ਅਨਲੋਡ ਕਰ
ਟ੍ਰੇਲਰ ਨੂੰ ਤੇ ਇਹਨੂੰ ਜੇ ਤੇ ਲੋਕਲ ਵਾਈ ਫਿਰ ਕੋਈ ਪਿਕਅਪ ਜਾਂ ਡਰੋਪ ਕਰਨ ਚੱਲ ਜਾਊਗਾ। ਇੱਥੋਂ ਜੇ ਕੋਈ ਡਰੋਪ ਕਰਨ ਵਾਲੀ ਹੋਈ ਤਾਂ ਇੱਥੋਂ ਲੋਡ ਕਰਾ ਕੇ ਚੱਲ ਜਾਊਗਾ, ਜੇ ਪਿਕਅਪ ਕਰਨ ਵਾਲੀ ਹੋਈ ਤਾਂ ਇਹਨੂੰ ਐਮਟੀ ਕਰਾ ਕੇ ਪਿਕਅਪ ਕਰ ਆਊਗਾ। ਤੇ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆਪਾਂ ਵੈਨਕੂਵਰ ਤੋਂ ਆਪਣਾ ਟ੍ਰੇਲਰ ਡਰੋਪ ਕਰਕੇ ਤੇ ਹੁੱਕ ਕਰਕੇ ਤੁਰ ਪਵਾਂਗੇ, ਬਟ ਆਪਣਾ ਚੱਕਰ ਕੀ ਪੈ ਗਿਆ ਕਿ ਆਪਣੀ ਟਰੱਕ ਦੇ ਵਿੱਚ ਇੱਕ ਲੋਡ ਜਾਣਾ ਸੀਗਾ ਜੋ ਕਿ ਲੋਕਲ ਪਿਕਅਪ ਕਰਨ ਦੇ ਵਿੱਚ ਥੋੜ੍ਹੀ ਜਿਹੀ ਪ੍ਰੋਬਲਮ ਕਰਕੇ ਲੇਟ ਹੋ ਗਿਆ। ਤੇ ਚਲੋ ਆਪਾਂ ਨੂੰ ਫਾਇਦਾ ਮਿਲ ਗਿਆ, ਆਪਾਂ ਆਪਣੀ ਦਾੜੀ ਦੂੜੀ ਕਟਾਏ ਆ, ਸੋਰੀ ਬੂੜੀ ਕਹਿਤਾ, ਦਾੜੀ ਦੂੜੀ ਕਟਾਏ ਆ ਤੇ ਆਪਣਾ ਟਾਈਮ ਬਚ ਗਿਆ ਜੀ। ਹਾਂਜੀ ਆ ਗਿਆ ਬੰਦਾ, ਪਛਾਣਿਆ ਜਿਹਾ, ਪੇਪਰ ਲੈ ਗਏ ਤੇ ਆਪਣਾ ਹੋ ਗਿਆ ਲੋਡ। ਤੁਹਾਨੂੰ ਦੱਸਿਆ ਸੀਗਾ ਕਿ ਆਪਣਾ ਹੋਣ ਵਾਲਾ ਲੋਡ ਟ੍ਰੇਲਰ, ਤੇ ਬਸ ਹੁਣ ਆਪਾਂ ਕਰਕੇ ਮੂਵ ਤੇ ਤੁਰਦੇ ਆ, ਕਰਕੇ ਡੋਰ ਬੰਦ ਤੇ ਤੁਸੀਂ ਦੇਖਿਓ ਇੱਕ ਟਾਈਮ ਲੈਪਸ ਜਿੱਥੋਂ ਆਪਾਂ ਯਾਰਡ ਤੋਂ ਨਿਕਲਾਂਗੇ, ਤੇ ਦੇਖਿਓ ਬ੍ਰਿਜ ਜਿਹੜਾ ਮੈਂ ਤੁਹਾਨੂੰ ਕਹਿੰਦਾ ਸੀਗਾ ਵੀਡੀਓ ਦੇ ਵਿੱਚ ਕਿ ਜਿਹੜਾ ਆਪਾਂ ਉਹ ਬ੍ਰਿਜ ਦੇ ਉੱਪਰ ਦੀ ਲੰਘਾਂਗੇ, ਤੇ ਫਿਰ ਦੇਖਿਓ ਤੁਸੀਂ ਟਾਈਮ ਲੈਪਸ ਤੇ ਕਰੋ ਇੰਜੋਏ। ਆਪਾਂ ਬ੍ਰਿਜ ਦੇ ਉੱਪਰ ਤੇ ਆਹ ਥੱਲੇ ਹੈਗਾ ਪਾਣੀ, ਤੇ ਬਸ ਆਹ ਆਪਣਾ ਜਾਈ ਜਾਂਦੇ ਹਾਂ ਬ੍ਰਿਜ ਦੇ। ਇਸ ਟਾਈਮ ਆਪਾਂ ਟੋਪ 'ਤੇ ਹਾਂ ਅਤੇ ਥੱਲੇ ਸਾਰੀ ਸਾਹਮਣੇ ਜਿਹੜੀ ਸਿਟੀ ਪੈਂਦੀ ਆ ਉਹ ਸਰੀ ਪੈਂਦੀ ਆ, ਅਤੇ ਇਸ ਬ੍ਰਿਜ ਦੇ ਪਾਣੀ ਦੇ ਇੱਧਰਲੇ ਪਾਸੇ ਡੈਲਟਾ ਪੈਂਦੀ ਆ, ਅਤੇ ਡੈਲਟਾ ਤੋਂ ਅੱਗੇ ਜਾ ਕੇ ਵੈਨਕੂਵਰ ਆਉਂਦਾ ਆ। ਅਤੇ ਆਹ ਹੁਣ ਆਪਾਂ ਬ੍ਰਿਜ ਤੋਂ ਹੁਣ ਆਪਾਂ ਜਾਂਦੇ ਹਾਂ ਡਾਊਨ ਹਿੱਲ ਦੇ ਉੱਤੇ, ਅਤੇ ਹੁਣ ਆਪਾਂ ਸਰੀ ਸਿਟੀ ਦੇ ਬਾਹਰ ਬਾਹਰ ਦੀ ਲੰਘ ਜਾਣਾ ਅਤੇ ਮੁੜ ਕੇ ਅੱਗੇ ਜਾ ਕੇ ਟਰਾਂਸ ਕੈਨੇਡਾ ਹਾਈਵੇ 'ਤੇ ਜਾਵਾਂਗੇ ਉਹ ਮਰਜ, ਅਤੇ ਮੁੜ ਕੇ ਸਿੱਧੀ ਕਰ ਦੇਣੀ ਕਿਲੀ ਆਪਾਂ ਕੈਲਗਰੀ ਵੱਲ ਨੂੰ। ਮਨੇ ਕਰ ਲਏ ਆਪਣੇ ਘਰਾਂ ਦੇ ਬੂਹੇ ਬੰਦ, ਤੇ ਕਹਿੰਦਾ ਮੈਂ ਚੱਲਾਂ ਆਪਣੇ ਘਰੇ ਤੇ ਤੂੰ ਚੱਲ ਆਪਣੇ ਘਰੇ। ਹਾਂਜੀ ਬਾਏ ਬਾਏ ਕਰ ਗਿਆ, ਤੇ ਬਸ ਹੁਣ ਰਾਤ ਆਪਾਂ ਕਰਾਂਗੇ ਡਰਾਈਵ ਜਿੱਥੇ ਤੱਕ ਹੁੰਦੀ ਆ, ਤੇ ਜੇ ਕੋਈ ਚੱਕਰ ਪਿਆ ਨੀਂਦ ਆਈ ਤੇ ਸੋਇਆਂਗੇ ਦੋਨੇ, ਕੋਈ ਚੱਕਰ ਨਹੀਂ। ਜਦੋਂ ਸਵੇਰ ਸੁਖਮਨ ਸਵੇਰੇ ਉੱਠੂਗਾ ਕਰ ਲੂਗਾ ਡਰਾਈਵ, ਆਪਾਂ ਰਿਸਕ ਰੁਸਕ ਨਹੀਂ ਲੈਣਾ। ਤੁਹਾਨੂੰ ਪਤਾ ਵੈਦਰ ਕੁਛ ਨਹੀਂ ਪਤਾ ਵੈਦਰ ਦਾ ਕਿੱਦਾਂ ਦਾ ਮਿਲਣਾ ਆ, ਕਿਉਂਕਿ ਮੋਸਟਲੀ ਆਪਾਂ ਚੈੱਕ ਕਰਕੇ ਤੁਰੀਦਾ ਆ, ਪਰ ਜਦੋਂ ਆਏ ਸੀਗੇ ਉਦੋਂ ਤਾਂ ਸਾਰਾ ਗੁੱਡ ਸੀਗਾ, ਤੇ ਹੁਣ ਦੇਖਦੇ ਹਾਂ। ਆਹ ਸੀਗਾ ਆਪਣਾ ਬ੍ਰੇਕ ਚੈੱਕ, ਜਿੱਥੇ ਹੁਣ ਆਪਾਂ ਵੀ ਬ੍ਰੇਕ ਚੈੱਕ ਕਰਾਂਗੇ, ਕਿਉਂਕਿ ਅੱਗੇ ਹੈਗੀ ਆ ਸਿਟੀ, ਕੈਮਰੂਪ ਸਿਟੀ ਆ ਇੱਥੇ, ਅਤੇ ਜਿਹੜੀ ਸਿਟੀ ਆ ਇਹਦੇ ਸਾਰੇ ਵਿੱਚ ਡਾਊਨ ਹਿੱਲ ਹੀ ਜਾਂਦੀ ਆ, ਅਤੇ ਆਪਾਂ ਨੂੰ ਜਿਹੜੀ ਸਪੀਡ ਆ ਉਹ ਕਰਨੀ ਪਊਗੀ ਘੱਟ, ਅਤੇ ਪਰ ਆਪਾਂ ਜਿਹੜਾ ਇੱਥੋਂ ਬ੍ਰੇਕ ਚੈੱਕ ਕਰਕੇ ਆਪਣੇ ਲੌਗ ਬੁੱਕ ਵਿੱਚ ਫਿੱਲ ਕਰ ਕੇ, ਅਤੇ ਫਿਰ ਅੱਗੇ ਇੱਥੇ ਹੀ ਸਕੇਲ ਆ, ਤੁਸੀਂ ਦੇਖ ਸਕਦੇ ਆ, ਮੈਂ ਹੁਣ ਤੁਹਾਨੂੰ ਸਕੇਲ ਵੀ ਦਿਖਾਊਂਗਾ, ਅਤੇ ਆਪਾਂ ਸਕੇਲ ਕਰਾ ਕੇ ਪਰ ਆਪਾਂ ਸਿਟੀ ਦੀ ਪੂਰੀ ਡਾਊਨ ਹਿੱਲ ਨਹੀਂ ਉਤਰਨੀ, ਉਹ ਤੋਂ ਪਹਿਲਾਂ ਆਪਾਂ ਜਾਵਾਂਗੇ ਗੈਸ ਸਟੇਸ਼ਨ 'ਤੇ ਅਤੇ ਕੁਛ ਛੱਕਦੇ ਹਾਂ ਉੱਥੇ ਜਾ ਕੇ। ਆਪਾਂ ਪਾ ਲਿਆ ਮਾਸਕ ਜੋ ਕਿ ਬਹੁਤ ਹੈਗਾ ਇੰਪੋਰਟੈਂਟ, ਕਿਉਂਕਿ ਪੰਪ ਦੇ ਤੋਂ ਬਿਨਾਂ ਅੰਦਰ ਨਹੀਂ ਜਾਣ ਦਿੰਦੇ, ਅਤੇ ਕੰਪਲਸਰੀ ਆ ਕੋਵਿਡ ਕਰਕੇ ਤੁਹਾਨੂੰ ਪਤਾ ਹੀ ਆ। ਅਤੇ ਪਿੱਛੇ ਆਪਾਂ ਟਰੱਕ ਬਾਲਾ ਲਾਤਾ ਸੀਗਾ ਪੰਪ 'ਤੇ, ਕਿਉਂਕਿ ਪੰਪ ਬਹੁਤ ਸਾਰੇ ਆ ਇੱਥੇ ਤੇਲ ਪਾਉਣ ਲਈ, ਅਤੇ ਆਪਾਂ ਉੱਥੇ ਕੀ ਕਹਿੰਦੇ ਆ ਬਾਹਲਾ ਟਾਈਮ ਨਹੀਂ ਰੁਕਣਾ, ਹੁਣ ਚੱਕਦੇ ਹਾਂ ਕੁਛ ਖਾਣ ਲਈ ਅਤੇ ਚੱਲਦੇ ਹਾਂ ਟਰੱਕ ਵਿੱਚ ਫਿਰ ਆਪਾਂ। ਹਾਂਜੀ ਅਤੇ ਆਪਾਂ ਲੈ ਆ ਏ ਐਂਡ ਡਬਲਯੂ ਦਾ ਬਰਗਰ, ਅਤੇ ਆਪਾਂ ਤਾਂ ਜ਼ਿਆਦਾ ਇਹ ਬਰਗਰ ਖਾਈਦਾ ਹੈ ਕਿਉਂਕਿ ਇਹਨਾਂ ਦੇ ਬਰਗਰ ਦੇ ਵਿੱਚ ਜਿਹੜੀ ਕਿ ਓਇਲ ਹੁੰਦਾ ਨਾ ਟਿੱਕ ਉਹਦੇ ਵਿੱਚ ਟਿੱਕੀ ਦੇ ਜਾਂ ਪੈਟੀ ਦੇ, ਹਨ ਕਹਿੰਦੀ ਚਿਕਨ ਪੈਟੀ ਦੇ, ਉਹ ਬਹੁਤ ਹੁੰਦਾ ਹੈ ਘੱਟ, ਅਤੇ ਜੋ ਕਿ ਆਪਾਂ ਨੂੰ ਵਧੀਆ ਲੱਗਦਾ ਹੈ, ਜਿੱਦਾਂ ਕਿ ਮੈਕਡੋਨਲਡਸ ਆ ਜਾਂ KFC ਉਹ ਥੋੜ੍ਹੇ ਓਇਲੀ ਜਿਹੇ ਹੁੰਦੇ ਆ, ਅਤੇ ਇਹਨਾਂ ਦਾ ਬਰਗਰ ਬਹੁਤ ਵਧੀਆ ਹੁੰਦਾ ਆ। ਅਤੇ ਮੈਂ ਵੀ ਜਦੋਂ ਫਸਟ ਟਾਈਮ ਖਾਧਾ ਸੀਗਾ ਤਾਂ ਪੂਰਾ ਘੈਂਟ ਆ, ਅਤੇ ਆਪਾਂ ਬਾਕੀ ਜਿਹੜੀ ਰੈੱਡ ਬੁੱਲ ਉਹ ਵੀ ਆਪਾਂ ਸ਼ੂਗਰ ਫ੍ਰੀ ਹੀ ਪੀਦੀ ਆ, ਕਿਉਂਕਿ ਤੁਹਾਨੂੰ ਪਤਾ ਮਿੱਠਾ ਘੱਟ ਹੀ ਪੀਦਾ ਆ, ਅਤੇ ਇਹ ਵੀ ਕਿਤੇ ਕਿਤੇ ਹੀ ਪੀਦੀ ਆ, ਜਿੱਦਾਂ ਹੁਣ ਅੱਜ ਥੋੜ੍ਹੀ ਨੀਂਦ ਜੀ ਮੈਨੂੰ ਆਉਂਦੀ ਹੀ ਲੱਗਦਾ ਸੀਗਾ, ਅਤੇ ਮੈਂ ਕਿਹਾ ਚਲੋ ਇੱਕ ਚਾੜਦੇ ਅੰਦਰ ਅਤੇ ਅੜਾਉਂਦੇ ਹਾਂ ਨੀਂਦ ਨੂੰ, ਕਰਦੇ ਹਾਂ ਗੈਬ, ਅਤੇ ਚਲੋ ਖਾਂਦਾ ਆ ਮੈਂ। ਅਤੇ ਫਿਰ ਤੁਸੀਂ ਦੇਖਿਓ ਟਾਈਮ ਲੈਪਸ, ਅਤੇ ਕੈਮਰੂਪ ਸਿਟੀ ਦੇ ਵਿੱਚ ਦੀ ਆਪਾਂ ਜਾਵਾਂਗੇ ਡਾਊਨ ਹਿੱਲ 'ਤੇ ਪੂਰੀ ਦੇ।
जिहदे करके इत्थे कोई ट्रक दा एक्सीडेंट हो गया ते हाईवे जिहड़ा आ उह हो गया आ बंद आ। देखो ट्रक लागे आ ते आपां ही वी हुणे इहनां दे पिछे ही ट्रक अपना फोर वे फ्लैशर ऑन करके ला लिया आ ते उह पिछे बंदा खड़ा सीगा जिहड़ा सारिआं नूं इंस्ट्रक्शनस दे रिहा सीगा कि अगे अगे जाण लई। तुसीं देख सकदे हो गड्डी दीआं लाइटां फ्लैश कर रहीआं उहदे शीशे च ते आ हुण खड़े आ सारे जणे इदां ट्रक लागे हाईवे दे उपर ही ते हुण देखो किन्ना टाइम लगदा आ। आ गया एक बंदा पिछे मारदा लिशकारे जा खुल गई वीर दी ते आ हाईवे हुण बंद होण करके तुहानूं पता जदों कितें ट्रक खड़ जाए टीम वाले नूं जाग आई जांदी आ। अपना हाईवे हजे भी बंद ही आ, हो गए 5 घंटे ते आपां वेट कीती ही मैं बहुत ज्यादा कि खुल जूगा कि चल ड्राइव कर लूंगा बट हाईवे नहीं खुला ते हुण उदां कह गया कि जिहड़ा बंदा इत्थे जिहड़ा हाईवे ते जिहड़े हुंदे आ इह जदों एक्सीडेंट जिहड़ा सारे करते कंट्रोल जिहड़े आ ते उह दस गया कि हाईवे खुल चला आ कि तुसीं होर रेडी हो जाओ क्योंकि होर ना ट्रक ट्रकां सब सुते आ क्योंकि रात सी ना ते चलो हाईवे खुल गया ते हुण फिर मैं भी लगा सी सौण ते सुखमन चलाऊगा हुण ट्रक। ਹਾਂਜੀ ਅਤੇ ਮਾਲ ਤੋਂ ਆਪਾਂ ਪਏ ਹਾਂ ਉੱਥੇ ਜਿੱਦਾਂ ਕਿ ਰਾਤੀ ਦਾ ਦੱਸਿਆ ਸੀਗਾ ਉੱਥੇ ਆਪਣਾ ਕੀ ਕਹਿੰਦੇ ਜਿੱਥੇ ਆਪਣਾ ਹਾਈਵੇ ਹੋਇਆ ਸੀਗਾ ਬੰਦ ਅਤੇ ਆਪਾਂ ਉੱਥੇ ਕਰਤੀ ਸ਼ਿਫਟ ਵੀ ਬੰਦ ਕਿਉਂਕਿ 4-5 ਘੰਟੇ ਲੱਗ ਗਏ ਸੀਗੇ ਹਾਈਵੇ ਓਪਨ ਨਹੀਂ ਹੋਇਆ ਸੀਗਾ। ਮੈਨੂੰ ਸੀਗਾ ਕਿ ਮੈਂ ਕੈਰਗਰੀ ਤੱਕ ਲੈ ਜੂੰਗਾ ਬਟ ਜਿਹਦੇ ਕਰਕੇ ਹਾਈਵੇ ਬੰਦ ਹੋਣ ਕਰਕੇ ਆਪਣੀ ਡਰਾਈਵ ਉੱਥੇ ਹੀ ਮੁੱਕ ਗਈ ਸੀ ਅਤੇ ਮੈਂ ਗਿਆ ਸੀ ਸੌਣ ਨੀਂਦ ਬਾਹਲੀ ਆਈ ਸੀਗੀ 4-5 ਘੰਟੇ ਵੇਟ ਕੀਤੀ ਅਤੇ ਫਿਰ ਸੁਖਮਨ ਚਲਾ ਕੇ ਲਿਆਇਆ ਅਤੇ ਹੁਣ ਆਪਾਂ ਆ ਗਏ ਹਾਂ ਰਜਾਈਨਾ ਸਸਕੈਚਵਿਨ ਅਤੇ ਟਰੱਕ ਕਰਤਾ ਆ ਪਾਰਕ ਪਿੱਛੇ ਦੇਖ ਸਕਦੇ ਹਾਂ ਅਤੇ ਆਪਾਂ ਹੁਣ ਇੱਥੇ ਲਵਾਂਗੇ ਸ਼ਾਵਰ ਆ ਮੇਰੇ ਪਿੱਛੇ ਪੰਪ ਹੈ ਇੱਧਰ। ਹਾਂਜੀ ਅਤੇ ਆਹ ਦੇਖ ਸਕਦੇ ਹਾਂ ਤੁਸੀਂ ਜਿੱਥੇ ਆਪਾਂ ਲੈਣਾ ਆ ਸ਼ਾਵਰ। ਮੈਂ ਕਿਹਾ ਸ਼ਾਵਰ ਤਾਂ ਚਿੱਬ ਕੱਢੇ ਪਏ ਆ ਘਰ ਨੂੰ ਵੀ ਜ਼ਿਆਦਾ ਵਧੀਆ ਆ ਜਿੱਦਾਂ ਘਰਾਂ 'ਚ ਵੀ ਨਹੀਂ ਇੱਦਾਂ ਦੇ ਸ਼ਾਵਰ ਹੁੰਦੇ ਕਈਆਂ 'ਚ ਜਿੱਦਾਂ ਦੇ ਹੈਗੇ ਆ ਪੰਪਾਂ ਦੇ ਟਰੱਕ ਡਰਾਈਵਰ ਵਾਲੇ ਆ ਜੀ ਪੂਰੇ ਘੈਂਟ ਸ਼ਾਵਰ ਆ ਇੱਧਰ ਬਣਿਆ ਆਪਣੇ ਕੀ ਕਹਿੰਦੇ ਆ ਟਾਵਲ ਵੀ ਦਿੰਦੇ ਆ ਬਟ ਆਪਾਂ ਆਪਣਾ ਵੀ ਯੂਜ਼ ਕਰ ਲਈਦਾ ਆ ਅਤੇ ਕੋਈ ਚੱਕਰ ਨਹੀਂ ਕਈ ਯਾਰ ਨਹੀਂ ਹੁੰਦਾ ਇਹ ਵੀ ਕਰ ਲਈਦਾ ਆ ਅਤੇ ਬਾਕੀ ਸ਼ਾਵਰ ਪੂਰਾ ਘੈਂਟ ਆ ਤੁਸੀਂ ਦੇਖ ਸਕਦੇ ਹਾਂ ਇੱਧਰ। ਹਾਂਜੀ ਅਤੇ ਬਾਬੇ ਉਹ ਆਪਾਂ ਲੈ ਲਿਆ ਸ਼ਾਵਰ ਅਤੇ ਚੱਲੇ ਹਾਂ ਹੁਣ ਆਪਾਂ ਸ਼ਾਵਰ ਦੇ ਵਿੱਚੋਂ ਬਾਹਰ। ਅਤੇ ਆਹ ਸੀਗਾ ਆਪਣਾ ਗੈਸ ਸਟੇਸ਼ਨ ਇੱਥੇ ਕੌਫੀਆਂ ਕੁਫੀਆਂ ਆ ਬਾਕੀ ਲੱਗੀਆਂ ਫਲਾਈਂਗ ਜਿਹਦਾ ਟਰੱਕ ਸਟੋਪ ਅਤੇ ਆਪਾਂ ਲੈ ਲਿਆ ਸ਼ਾਵਰ ਅਤੇ ਹੁਣ ਨਿਕਲਦੇ ਹਾਂ ਬਾਹਰ ਅਤੇ ਚੱਲਦੇ ਹਾਂ ਟਰੱਕ ਦੇ ਵਿੱਚ। ਪਿੱਛੇ ਸੀਗਾ ਫਲਾਈਂਗ ਜੇ ਦਾ ਸਰਵਿਸ ਸਟੇਸ਼ਨ ਜੋ ਕਿ ਆਪਾਂ ਕਹਿ ਸਕਦੇ ਗੈਸ ਸਟੇਸ਼ਨ ਅਤੇ ਹੁਣ ਆਪਾਂ ਚੱਲਦੇ ਹਾਂ ਆਪਣੇ ਟਰੱਕ ਦੇ ਵਿੱਚ ਜੋ ਕਿ ਆਪਾਂ ਅੱਗੇ ਟਰੱਕ ਪਾਰਕਿੰਗ 'ਚ ਪਾਰਕ ਕੀਤਾ ਆ। ਆ ਲਿਖਿਆ ਟਰੈਵਲ ਸੈਂਟਰ। ਹਾਂਜੀ ਇੱਥੇ ਟਰੈਵਲ ਸੈਂਟਰ ਹੀ ਆ ਕੈਨੇਡਾ ਅਮੈਰੀਕਾ 'ਚ ਇਹਨਾਂ ਨੂੰ ਕਹਿੰਦੇ ਆ। ਮਤਲਬ ਇੱਥੇ ਹਰ ਚੀਜ਼ ਟਰੈਕਿੰਗ ਦੇ ਲਾਈਕ ਜਿੱਦਾਂ ਅਵੇਲੇਬਲ ਹੁੰਦੀ ਆ ਹਰ ਨਿੱਕੀ ਮੋਟੀ ਚੀਜ਼ ਜਿਹੜੀ ਆਪਣੇ ਡੇਲੀ ਲਾਈਫ 'ਚ ਟਰੈਕਿੰਗ 'ਚ ਯੂਜ਼ ਹੁੰਦੀ ਆ ਖਾਣ ਪੀਣ ਲਈ ਥੋੜ੍ਹਾ ਬਹੁਤਾ ਸਮਾਨ ਵੀ ਸਾਰਾ ਕੁਝ ਮਿਲ ਜਾਂਦਾ ਨਹੀਂ ਕਿ ਪਿੱਛੇ ਕਾਰਾਂ ਦਾ ਆ ਅਤੇ ਜਿਹੜਾ ਟਰੱਕ ਦਾ ਆ ਅਤੇ ਕੀ ਕਹਿੰਦੇ ਪੰਪ ਜਿਹੜਾ ਉਹ ਮੇਰੇ ਇੱਧਰ ਦੀ ਸਾਈਡ ਆ ਆਹ ਟਰੱਕਾਂ ਦੀ ਪਾਰਕਿੰਗ ਅੱਗੇ ਮੇਰੇ ਅਤੇ ਇੱਧਰ ਵੀ ਆਹ ਪਾਰਕਿੰਗ ਉਹ ਦੂਰ ਤੱਕ ਆਹ ਬਲੈਕ ਆ ਜੰਮੀ ਹੈ ਇਹ ਤਾਂ ਬਸ ਹੁਣ ਵਿੰਟਰ 'ਚ ਐਂ ਹੀ ਰਹਿੰਦੀ ਆ ਅਤੇ ਉਹ ਪਿੱਛੇ ਪਰਲੇ ਪਾਸੇ ਉਹ ਹੈਗਾ ਆ ਫਲਾਈਂਗ ਜੇ ਜਿੱਥੇ ਜਿਹੜਾ ਆਪਣਾ ਟਰੱਕਾਂ ਦਾ ਪੰਪ ਜਿੱਥੇ ਟਰੱਕ ਫਿਊਲ ਅਪ ਕਰਦੇ ਅਤੇ ਇੱਧਰ ਹੈਗਾ ਕਾਰਾਂ ਦਾ ਅਤੇ ਗੱਬੇ ਹੈਗਾ ਆ ਇਹਨਾਂ ਦਾ ਸਟੋਰ। ਹਾਂਜੀ ਇਹ ਉਹੀ ਬੰਦਾ ਆ ਜਿਹੜਾ ਤੁਹਾਨੂੰ ਵੀ ਮੈਨੂੰ ਵੀ ਹੁਣੇ ਮਿਲਿਆ ਟਰੱਕ ਦੇ ਵਿੱਚ ਪਤਾ ਨਹੀਂ ਕਿੱਥੋਂ ਆ ਗਿਆ ਬਾਈ ਕਿੱਧਰ। ਹਾਂਜੀ ਗਲਤ 'ਚ ਤਾਂ ਨਹੀਂ ਬਹਿ ਗਏ ਵੀਰ ਜੀ ਜਲਦੀ ਖਾ ਕੇ ਚਲੋ ਅਸੀਂ ਜਾਣਾ ਜੇ। ਹਾਂਜੀ ਚੱਕ ਵੀ ਬੰਦਾ ਯਾਰ ਫੋਨ ਏਦਾਂ ਹੀ ਚੀਜ਼ ਆ ਨਾ ਬੰਦੇ ਨੂੰ ਐਂ ਲੈਣ ਤੇ ਲਿਆ ਦਿੰਦਾ ਮਿੰਟ ਦੇ ਵਿੱਚ ਕਿਸੇ ਦੇ ਪਜਾਮੇ ਪਵਾ ਦਿੰਦਾ ਤੇ ਕਿਸੇ ਦੇ ਲਿਆ ਦਿੰਦਾ ਜਿੱਦਾਂ ਕਿ ਹੁਣ ਸੌ ਸੌ ਨੇ ਮਿੰਟ ਹੀ ਪਾ ਲਏ ਇਹ ਬਲੌਗ ਤੇ ਆਪਾਂ ਸ਼ੁਰੂ ਹੀ ਪਾਉਣਾ ਹਾਂ ਸੁਖਮਨ ਦਾ ਕੱਛਾ ਵੀ ਕਰ ਦੇਣਾ ਆਪਾਂ ਐਂ ਪੂਰਾ ਬਲੌਗ ਦੇ ਵਿੱਚ ਕੱਛੇ ਦੇ ਬਲੌਗ ਹੈ ਸਪੈਸ਼ਲ ਹੈ ਆਪਣੀ ਸ਼ਿਫਟ ਮਤਲਬ ਕਿ ਟਾਈਮ ਹੋ ਗਿਆ ਆਲਮੋਸਟ ਸੁਖਮਨ ਸਵੇਰ ਦਾ ਚਲਾਉਂਦਾ ਸੀਗਾ 6-7 ਵਜੇ ਦਾ ਤੇ ਹੁਣ ਰਾਤ ਦੇ 10 ਵਜੇ ਚੱਲੇ ਮੇਰੇ ਯਾਰ ਨੂੰ ਤੇ ਹੁਣ
चढ़ूगा दिन फिर आप अगे जाके मैं भलवा लॉग बुक क्योंकि मेरे जिदा मैं टोरंटो तो रात ड्राइव शुरू की थी, मोस्टली मेरे मतलब की मेरिया शिफ्टा जेडिया रात नी लगिया जेडे व्लॉग भी शुरू किए थे पहला व्लॉग ही रात मनिया रात ही शिफ्ट रिपीट होंगी गई। चलो कोई गल नहीं एडा कोई चक्कर नहीं गा आप जेडे अगले आप ट्रिप करा कंटिन्यू तो उतो मैं करूंगा दिन शिफ्ट शुरू के इदा करा ना अद्धा दिन आज अद्धी रात आज है ना क्योंकि फिर दोनों ड्राइवर की जो जिदा टीम पार्टनर है सारे तकरीबन एवं ही करते अद्धा दिन अद्धा रात चला फिर दोनों अद्धी रात में सौन मिल जाता है बाबे जो उ चल जाने रंग बजे आते जन्नत ही लगती है हजे तो विंटर है कोई चक्कर नहीं गर्मिया भी आ जानी कोई नी गर्मिया भी ब्लॉग बनावांगे आप बस हुण आ रहे अपना पंप सामने मेरे ख्याल ना दूजा पंप कहता सॉरी ढाबा आ रहा अपना पंजाबी हैगा पंप भी है पर गड्डियां दा आ ते आपां उत्थे रुकदे आ रख गए ही पहला थोड़े बहुत शोशे भी करने चाहिए आ ये तो बिना वधिया लगती वीडियो है तो बस तो सुखमन भी उठ गया आम दिखा मैं भलवान अपना पूरा भलवानी रूप में है तो पूरा भलवान अपना तैयार शार हो गया उठा है तो हूँ पाड़ूगा परौंठे पांच छे तो फिर पांच छे खाऊगा तो फिर ही गल आ गल की भलवान वाली 15-16 खाऊगा तो 15 पैक करा के लैके जाऊगा तू पता लगता ही है भरा की सेहत तो यह परौंठे का भरा दब के ही खाता जो कुछ भी खाता है परौंठे बड़े सीगे स्वाद ते एडी वड्डी कलोर हुई है ना परौंठे साडे इत्थे अड़ गए की चक्कर पिया उतर ही सीगे गए आप ढाबे वालों ते पता लगा कि ढाबा बंद है संडे बंद भी कर लग पे पहला नहीं करते हूं अज सीगा ढाबा बंद
ਤੇ ਚਲੋ ਵੀਰ ਨੂੰ ਕੋਈ ਨੀ ਆਪਾਂ ਖਲਾਉਂਦੇ ਆ ਥੰਡਰ ਵੇ ਪਹੁੰਚ ਗਏ ਤੱਤੇ ਤੱਤੇ ਬਰਗਰ ਤੇ ਭਰਾ ਨੂੰ ਕਰਦੇ ਆ ਪੇਟੇ ਪੇਟ ਫੁੱਲ ਭਰਾ ਦਾ ਤੇ ਹੁਣ ਕੀ ਕੀਤਾ ਜਾ ਸਕਦਾ ਪਰੌਂਠੇ ਹੁਣ ਦਾ ਆਟਾ ਵੀ ਹੈ ਨਹੀਂ ਕੋਲ ਨਹੀਂ ਗੁੰਨ ਕੇ ਖਿਲਾ ਦਵਾਂ ਚਲੋ ਕੋਈ ਨੀ ਚੱਲਦੇ ਆ ਫਿਰ ਪਹੁੰਚਦੇ ਆ ਥੰਡਰ ਵੇ ਤੇ ਕਰਦੇ ਉੱਥੇ ਜਾ ਕੇ ਤੁਹਾਡੇ ਨਾਲ ਗੱਲਬਾਤ ਹਾਂਜੀ ਤੇ ਹਾਂਜੀ 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 ਤੇ ਆਪਾਂ ਪਹੁੰਚ ਗਏ ਹਾਂ ਬਾਬਿਓ ਮਿੱਤਰੋ ਭਾਈਓ ਤੇ ਹੁਣ ਆਪਾਂ ਇੱਥੇ ਕਰਾਂਗੇ ਆਪਣੀ ਸ਼ਿਫਟ ਬੰਦ ਹਾਂਜੀ ਬੰਦ ਕਰਾਂਗੇ ਮਤਲਬ ਕਿ ਆਫ ਡਿਊਟੀ ਸੋਰੀ ਆਪਾਂ ਸਲੀਪਰ ਵਿੱਚ ਜਾਵਾਂਗੇ ਤੇ ਹੁਣ ਬਸ ਸੁਖਮਨ ਦੀ ਵੇਟ ਕਰਦਾ ਆ ਕਿ ਉਹ ਆਵੇ ਟਰੱਕ ਚ ਤੇ ਆਪਾਂ ਬਸ ਹਾਂਜੀ ਹਾਂਜੀ ਥੋੜਾ ਲੱਗ ਗਿਆ ਹਾਂਜੀ ਬਸ ਇੱਥੇ ਜਾ ਕੇ ਸਿੱਧੇ ਜਾਂ ਪੁੱਠੇ ਜਿੱਦਾਂ ਮਰਜ਼ੀ ਸਮਝ ਲਓ ਤੇ ਉੱਦਾਂ ਜਾ ਕੇ ਪੈ ਜਾਈਏ ਤੇ ਕੁਛ ਨੀ ਆਪਾਂ ਕਹਿਣਾ ਬਸ ਲਾਉਣੀ ਹੈ ਜੈਕਟ ਤੇ ਲਾਉਣੀ ਹੈ ਟੋਪੀ ਚੱਪਲਾਂ ਕਰਖ ਦੇਣੀਆਂ ਉੱਥੇ ਤੇ ਸੁਖਮਨ ਜਾਣੇ ਜਿੱਦਾਂ ਮਰਜ਼ੀ ਜਾਵੇ ਆਪਾਂ ਨੂੰ ਨੀ ਪਤਾ ਤੇ ਆਪਾਂ ਜਾਵਾਂਗੇ ਸੌਂ ਬਾਬਿਓ ਤੇ ਹਾਂਜੀ ਤੇ ਫਿਰ ਆਪਾਂ ਤੁਹਾਨੂੰ ਕਰਦੇ ਆ ਉੱਠ ਕੇ ਗੱਲਬਾਤ ਮੈਂ ਫਿਰ ਮੇਰੇ ਖਿਆਲ ਮੈਂ ਨੌਰਥ ਵੇ ਤੋਂ ਡਰਾਈਵ ਕਰੂੰਗਾ ਟੋਰੋਂਟੋ ਤੱਕ ਸਾਡੇ ਕੁ 3 ਘੰਟੇ ਦੀ ਵਾਟ ਰਹਿਣੀ ਹੈ ਉੱਥੋਂ ਯਾਰਡ ਤੱਕ ਦੀ ਤੇ ਉਹ ਆਪਾਂ ਫਿਰ ਤੁਹਾਡੇ ਨਾਲ ਉਹਦੇ ਵਿੱਚ ਕਰਦੇ ਆ ਗੱਲਾਂ ਬਾਤਾਂ ਉਹਨਾਂ ਦੇਰ ਤੁਸੀਂ ਬਣੇ ਰਹੋ ਹਾਂਜੀ ਬਣੇ ਰਹੋ ਅੱਗੇ ਦੇਖਿਓ ਪਲੀਜ਼ ਤੇ ਆਪਾਂ ਫਿਰ ਉੱਠ ਕੇ ਤੁਹਾਡੇ ਨਾਲ ਕਰਦੇ ਗੱਲਾਂ ਬਾਤਾਂ ਸੁਖਮਨ ਕਰੂਗਾ ਡਰਾਈਵ ਤੇ ਆਪਾਂ ਲੱਗੇ ਸੌਣ ਓਕੇ ਜੀ ਚੰਗਾ ਫਿਰ ਕਰ ਲਈਏ ਆਪਣਾ ਪਰਦਾ ਬੰਦ ਤੇ ਕਰਦੇ ਆ ਫਿਰ ਤੁਹਾਡੇ ਨਾਲ ਉੱਠ ਕੇ ਗੱਲਬਾਤ ਸੋ ਫਾਈਨਲੀ ਆਪਾਂ ਵੀ ਪਏ ਆ ਉੱਠ ਜੀ ਤੇ ਦੇਖ ਸਕਦੇ ਹਾਂ ਹੋ ਗਈ ਆ ਰਾਤ ਪੂਰੀ ਤੇ ਸੁਖਮਨ ਨੇ ਲਾਇਆ ਲੱਗਦਾ ਕਿਤੇ ਇਹ ਮੈਨੂੰ ਲੱਗਦਾ ਪੰਪ ਹੀ ਆ ਹਾਂ ਪੰਪ ਤੇ ਲਾਇਆ ਲੱਗਦਾ ਆ ਤੇ ਉਹਨੂੰ ਪਤਾ ਮੈਂ ਕਿਹਾ ਸੀ ਕਿ ਇੱਥੇ ਤੱਕ ਕਰ ਲਈ ਡਰਾਈਵ ਇੱਥੋਂ ਰਹਿ ਗਿਆ ਟੋਰਾਂਟੋ 4 ਘੰਟੇ ਜੋ ਕਿ ਹੁਣ ਮੈਂ ਕਰ ਲੂੰਗਾ ਡਰਾਈਵ ਜਿੰਨਾ ਗਿਆ ਚਲੋ ਵੀ 4 ਘੰਟੇ ਸੌਣੂਗਾ 12 ਵੱਜ ਗਏ ਮੇਰੇ ਖਿਆਲ ਨਾਲ ਰਾਤ ਦੇ ਟਾਈਮ ਹੋ ਗਿਆ ਆ ਤੇ ਚਲੋ ਉਹ ਮੇਰੇ ਖਿਆਲ ਨਾਲ ਵਾਸ਼ਰੂਮ ਗਿਆ ਤੇ ਆਪਾਂ ਵੀ ਜਾਂਦੇ ਹਾਂ ਤੇ ਫਿਰ ਹੋ ਗਏ ਫਰੈਸ਼ ਤੇ ਫਿਰ ਤੁਰਦੇ ਹਾਂ ਇੱਥੋਂ ਹਾਂਜੀ ਤੇ ਆਪਾਂ ਪਏ ਹਾਂ ਉੱਠ ਜੀ ਹੋ ਗਈ ਆਪਣੀ ਗੁੱਡ ਮੋਰਨਿੰਗ ਉਹਦਾ ਤਾਂ ਰਾਤ ਹੋ ਗਈ ਆ ਪਰ ਆਪਾਂ ਹੁਣੇ ਉੱਠੇ ਹਾਂ ਤੇ ਰਾਤ ਦਾ ਟਾਈਮ ਵੱਧ ਗਏ ਆ 12 ਤੇ ਆਪਾਂ ਰਹਿ ਗਏ ਆ ਬਸ 4 ਘੰਟੇ ਦੀ ਰਹਿ ਗਈ ਆ ਜਿਹੜੀ ਵਾਟ ਆ ਇੱਥੋਂ ਟੋਰਾਂਟੋ ਜਿਹੜੀ ਆ ਤੇ ਬਸ ਹੁਣ ਆਪਾਂ ਕੀ ਕਹਿੰਦੇ ਆ ਜਾਵਾਂਗੇ ਪੰਪ ਤੇ ਆਏ ਸੀਗੇ ਇੱਧਰ ਪਿੱਛੇ ਮੇਰੇ ਅੰਦਰ ਵਾਸ਼ਰੂਮ ਕਰਨ ਤੇ ਕਰਕੇ ਤੇ ਆਪਾਂ ਫਿਰ ਮੈਂ ਕਰੂੰਗਾ ਡਰਾਈਵ ਤੇ ਫਿਰ ਚੱਲਦੇ ਹਾਂ ਫਰੈਸ਼ ਹੋ ਲਈਏ ਆਪਾਂ ਹੁਣ ਆ ਗਿਆ ਤੇ ਫਾਈਨਲੀ ਇੱਕ ਆ ਗਿਆ ਹਾਂਜੀ ਹਾਂਜੀ ਭਾਜੀ ਬੂਟ ਜੁੱਤੀ ਝਾੜ ਕੇ ਹਾਂਜੀ ਨਹੀਂ ਤਾਂ ਟੈਕ ਟੈਕ ਇਹ ਤਾਂ ਅੰਦਰੋਂ ਮਿਲ ਜੂਗੀ ਅੰਦਰੋਂ ਚੱਲ ਕੋਈ ਚੱਕਰ ਨੀ ਤੇ ਚਲੋ ਹੁਣ ਆਪਾਂ ਤੁਰਦੇ ਆ ਹੋ ਗਏ ਆ ਰੈਡੀ ਲੌਗ ਬੁੱਕ ਕਰ ਲਈ ਆਪਣੀ ਫਿਲ ਗੁੱਡ ਟੂ ਗੋ ਆ ਕੰਮ ਫਾਈਨਲੀ ਆਪਾਂ ਪਹੁੰਚ ਗਏ ਹਾਂ ਆਪਣੀ ਯਾਰਡ ਦੇ ਵਿੱਚ ਤੇ ਟਾਈਮ ਹੋ ਗਿਆ ਸਵੇਰ ਦੇ 5 ਵੱਜ ਗਏ ਆ ਤੇ ਆਪਾਂ ਕਿਤੇ ਨਹੀਂ ਬ੍ਰੇਕ ਮਾਰੀ ਤੇ ਸਿੱਧਾ ਡਰਾਈਵ ਕਰਕੇ ਆ ਗਏ ਹਾਂ ਇੱਥੇ ਤੇ ਹੁਣ ਆਪਾਂ ਆਪਣੀ ਕਰਦੇ ਹਾਂ ਇਸ ਵੀਡੀਓ ਨੂੰ ਖਤਮ ਤੇ ਤੁਸੀਂ ਦੇਖੋ ਇਸ ਵੀਡੀਓ ਨੂੰ ਤੇ ਕਰੋ ਇੰਜੋਏ ਜੋ ਕਿ ਤੁਸੀਂ ਆਲਰੇਡੀ ਦੇਖ ਲਈ ਆ ਤੇ ਦੱਸਿਓ ਕਿੱਦਾਂ ਲੱਗੀ ਹੈ ਕਮੈਂਟਾਂ ਵਿੱਚ ਤੇ ਜੇ ਕਿਸੇ ਨੇ ਪਿਛਲੀ ਵੀਡੀਓ ਨਹੀਂ ਦੇਖੀ ਤੇ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਐਡ ਕਰ ਦੂੰਗਾ ਤੁਸੀਂ ਉਹਨੂੰ ਵੀ ਦੇਖ ਸਕਦੇ ਹਾਂ ਤੇ ਬਾਕੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਦੱਬ ਕੇ ਤੇ ਇੱਦਾਂ ਸਪੋਰਟ ਕਰਦੇ ਰਹੋ ਤੇ ਆਪਾਂ ਤੁਹਾਨੂੰ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ।